मामला अमृतसर के थाना मजीठा रोड अधीन आउंदी चौकी माई पागो कॉलेज का है, जिथों की रहने वाली तलविंदर कौर नाम की महिला ने अपने ही गुआंढियां गुलजार सिंह ते उसकी बेटी के दोष लगाए हैं कि गुलजार सिंह के घर विआह समारोह के चलते डीजे लगाए गए सन, पर जदों असीं उन्हां नूं डीजे संबंधी मना किया तो दोवें प्यो पुत्तां दे वल्लों साडी कुटमार की गई अते कपड़े तक पाड़े गए ने अते इह सारी घटना सीसीटीवी कैमरे विच कैद हो गई है। असीं पुलिस प्रशासन नूं शिकायत दर्ज करवा के इंसाफ की मांग कर रहे हैं। उधर पुलिस जांच अधिकारी एएसआई दलजीत सिंह का कहना है कि उन्होंने वल्लों शिकायत दर्ज कर ली गई है, जल्द ही सीसीटीवी फुटेज नूं देख अते तफ्तीश करके बनदी कार्रवाई की जाएगी। नाम ਤੁਹਾਡਾ ਤੇ ਕੀ ਗੱਲ ਹੋਈ ਹੈ, ਕਿਹੜੀ ਜਗ੍ਹਾ ਤੇ ਹੋਈ ਹੈ? ਮੇਰਾ ਨਾਮ ਕੁਲਵਿੰਦਰ ਕੌਰ ਵਾ। ਕੀ ਗੱਲ? ਸਾਡੇ ਸਾਹਮਣੇ ਗਲੀ ਵਿੱਚ ਇਹ ਵਿਆਹ ਸੀ ਗੁਲਜ਼ਾਰ ਦੇ ਮੁੰਡੇ ਦਾ, ਉਹਦਾ ਭਤੀਜਾ ਗੁਲਜ਼ਾਰ ਉਹ ਸਾਡੇ ਗੱਲ ਪੈ ਗਿਆ ਵਾ। ਮੇਰੇ ਵੀ ਗੱਲ ਪਿਆ ਵਾ, ਮੈਨੂੰ ਵੱਧ ਘੱਟ ਬਹੁਤ ਬੋਲਿਆ ਉਹਨੇ, ਇੰਨਾ ਬੋਲਿਆ ਕੋਈ ਹਿਸਾਬ ਨਹੀਂ, ਗੰਦ ਵੀ ਬੋਲਿਆ ਵਾ, ਜਾਤ ਪਾਤ ਤੱਕ ਵੀ ਉਹ ਵਿਆਹ ਵਾ ਮੇਰੇ ਲਈ। ਇਸ ਕਰਕੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਡੀਜੇ ਪਿੱਛੇ ਕਰ ਲਓ। ਉਹਨਾਂ ਨਹੀਂ ਕੀਤੇ ਤੇ ਸਾਡੇ ਆਣ ਕੇ ਗਾਲਾਂ ਮਾਰ ਗਾਲਾਂ ਕੱਢਦਾ ਕੱਢਦਾ ਆਇਆ ਅੰਦਰੋਂ, ਅਤੇ ਸਾਡੇ ਗੱਲ ਪੈ ਗਿਆ ਵਾ, ਮੇਰੇ ਹਸਬੈਂਡ ਉਹਨਾਂ ਦੀ ਵੀ ਗੱਲ ਪੈ ਗਿਆ ਵਾ। ਇਸ ਕਰਕੇ ਮੁੜ ਕੇ ਸਾਨੂੰ ਬਹੁਤ ਉਹਨੇ ਮਾੜਾ ਚੰਗਾ ਬੋਲਿਆ, ਸਾਡੀ ਬਹੁਤ ਉਹਨੇ ਕੁਛ ਕੀਤਾ। ਕੋਈ ਇੱਜ਼ਤ ਪਾਉਣ ਨੂੰ ਤੁਹਾਡੇ ਹੱਥ ਕੀ ਪਾਇਆ ਜੀ? ਮੇਰੇ ਕੱਪੜੇ ਪਾੜੇ ਆ। ਹੁਣ ਪੁਲਿਸ ਕਾਰਵਾਈ ਦਿੱਤੀ ਕੰਪਲੇਂਟ? ਹਾਂਜੀ, ਪੁਲਿਸ ਨੂੰ ਦੇ ਦਿੱਤੀ। ਕੀ ਕਹਿੰਦੀ ਪੁਲਿਸ? ਪੁਲਿਸ ਉਹ ਆਈ ਆ, ਮੌਕਾ ਵੇਖ ਆਈ ਆ, ਅਤੇ ਉਹ ਘਰ ਬੈਠੇ ਆ, ਡੀ ਜੇ ਲੱਗੇ ਸ਼ਰਾਬਾਂ ਪੀਣ ਡੇ ਆ। ਹੁਣ ਤੁਸੀਂ ਕੀ ਮੰਗ ਕਰਦੇ ਜੀ? ਕੀ ਮੰਗ ਕਰਦੇ ਤੁਸੀਂ? ਸਾਨੂੰ ਇਨਸਾਫ ਚਾਹੀਦਾ। ਕੀ ਨਾਮ ਹੈ, ਕੀ ਗੱਲ ਹੋਈ ਹੈ ਤੇ ਕਿੱਥੇ ਰਹਿਣ ਵਾਲੇ? ਤੇ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ, ਅਸੀਂ ਆਪਣਾ ਕਰਨ ਵਿਹਾਰ ਮਜੀਠਾ ਰੋਡ ਦੇ ਰਹਿਣ ਵਾਲੇ ਹਾਂ ਜੀ। ਸਾਡੇ ਘਰ ਦੇ ਸਾਹਮਣੇ ਇੱਕ ਫੰਕਸ਼ਨ ਹੈਗਾ ਸੀ ਗੁਲਜ਼ਾਰ ਦੇ ਮੁੰਡੇ ਦਾ, ਗੁਲਜ਼ਾਰ ਦਾ ਮੁੰਡਾ ਅਤੇ ਉਹਦਾ ਭਤੀਜਾ। ਉਹਨਾਂ ਨੇ ਬਿਲਕੁਲ ਸਾਡੇ ਗੇਟ ਦੇ ਅੱਗੇ ਡੀ ਜੇ ਲਾਏ ਸੀ। ਜਦੋਂ ਅਸੀਂ ਉਹਨਾਂ ਨੂੰ ਪਰਾਂ ਕਰਨ ਲਈ ਕਿਹਾ, ਉਹਨਾਂ ਨੇ ਸਾਨੂੰ ਬਹੁਤ ਸਾਰੀਆਂ ਗਾਲਾਂ ਕੱਢੀਆਂ ਅਤੇ ਵੱਧ ਘੱਟ ਬੋਲਿਆ, ਪਲੱਸ ਸਾਡੇ ਗੱਲ ਪਏ। ਆਹ ਦੇਖੋ ਮਜੱਖਾਂ ਉਹਨਾਂ ਨੇ ਕਿਵੇਂ ਸੁਜਾਤੀਆਂ ਨੇ ਮਾਰ ਮਾਰ ਕੇ ਸਾਡਾ ਬਹੁਤ ਬੁਰਾ ਹਾਲ ਕੀਤਾ ਆ। ਅਤੇ ਉਹਨਾਂ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਹੈਗਾ ਆ, ਜਿਹਦਾ ਨਾਮ ਭੁਪਿੰਦਰ ਸਿੰਘ ਆ, ਅਤੇ ਉਹ ਵੀ ਇਹਨਾਂ ਦੇ ਕੁਛ ਪੁਲਿਸ ਮੁਲਾਜ਼ਮ ਗਏ ਆ, ਪਰ ਉਹਨਾਂ ਦੇ ਨਾਲ ਉਹਨਾਂ ਕੋਈ ਗੱਲਬਾਤ ਕੀਤੀ ਆ ਅਤੇ ਫਿਰ ਉਹ ਵਾਪਸ ਆ ਗਏ ਆ। ਸਾਡੀ ਕੋਈ ਸੁਣਵਾਈ ਨਹੀਂ ਹੋਈ, ਅਸੀਂ ਦੋਵੇਂ ਜੀ ਇਕੱਲੇ ਰਹਿੰਦੇ ਹਾਂ, ਬੱਚੇ ਸਾਡੇ ਵਿਦੇਸ਼ ਹੈਗੇ ਆ, ਅਤੇ ਸਾਨੂੰ ਇਹਨਾਂ ਤੋਂ ਬਹੁਤ ਸਾਰਾ ਨੁਕਸਾਨ ਆ। ਸਾਨੂੰ ਇਹ ਜਾਤੀ ਸੂਚਕ ਸ਼ਬਦ ਵੀ ਬੋਲਦੇ ਨੇ, ਅਤੇ ਮਤਲਬ ਹੋਰ ਕਈ ਤਰ੍ਹਾਂ ਦੀਆਂ ਗਾਲਾਂ ਗਾਲਮੰਦਾਂ ਤਾਂ ਬਹੁਤ ਕਰਦੇ ਨਾ, ਪਹਿਲਾਂ ਵੀ ਕਰਦੇ ਅਤੇ ਹੁਣ ਵੀ ਕੀਤਾ ਹੈ। ਹੁਣ ਕੀ ਗੱਲ ਹੋਈ ਜਿਹੜੀ ਸੀਸੀਟੀਵੀ ਸਾਹਮਣੇ ਆਈ ਤੁਹਾਡੇ? ਹੁਣ ਸਿਰਫ ਇਹੀ ਗੱਲ ਹੋਈ ਹੈ ਜੀ ਵੀ ਉਹਨਾਂ ਲਾਇਆ ਸੀ ਡੀ ਜੇ ਲਾਇਆ ਸੀ, ਤਾਂ ਆਪਾਂ ਨੂੰ ਸਿਰਫ ਇਹੀ ਰਿਕੁਐਸਟ ਕੀਤੀ ਵੀ ਵੀਰ ਇਹਨਾਂ ਨੂੰ ਸਾਈਡ 'ਤੇ ਕਰ ਲਓ, ਤੁਸੀਂ ਨਾ ਇੱਦਾਂ ਕਰੋ। ਅਤੇ ਪਰ ਉਹਨਾਂ ਸਾਡੀ ਸੁਣਨ ਦੀ ਬਜਾਏ ਉਲਟਾ ਸਾਨੂੰ ਮਾਰ ਕੁਟਾਈ ਕੀਤੀ ਆ, ਅਤੇ ਸਾਨੂੰ ਜਾਤੀ ਸੂਚਕ ਦੇ ਮੇਰੀ ਪਤਨੀ ਦੇ ਕੱਪੜੇ ਤੱਕ ਪਾੜਨ ਤੱਕ ਗਏ ਆ, ਈਵਨ ਦੈਨ ਕਿ ਇੱਕ ਬੰਦਾ ਉਹਦੀ ਇੱਜ਼ਤ ਨੂੰ ਹੱਥ ਪਾਉਣ ਤੱਕ ਗਿਆ ਆ। ਅਤੇ ਜਿਹੜੇ TV ਜਿਹੜੀ ਕੈਮਰੇ 'ਚ ਫੁਟੇਜ ਹੈਗੀ ਆ ਉਹਦੇ 'ਚ ਵੇਖ ਕੇ ਵੀ ਆਏ ਨੇ, ਅਤੇ ਹੋਰ ਵੀ ਜੇ ਚਾਹੇ ਕੋਈ ਉੱਚ ਅਧਿਕਾਰੀ ਉਹ ਵੇਖ ਸਕਦਾ ਹੈ। ਤੁਹਾਨੂੰ ਲੱਗਦਾ ਨਹੀਂ ਪੁਲਿਸ ਦੀ ਸ਼ਾਇਦ ਨਾਲ ਸਾਰਾ ਕੁਛ ਹੋ ਰਿਹਾ? ਇੱਕ ਉਹਦੀ 'ਚ ਪੁਲਿਸ ਮੁਲਾਜ਼ਮ ਹੈਗਾ ਜੀ ਭੁਪਿੰਦਰ ਸਿੰਘ, ਉਹਦੀ ਜ਼ਰੂਰ ਸ਼ਾਇਦ ਹੈਗੀ ਹੈ। ਕੱਲ੍ਹ ਨੂੰ ਕੋਈ ਮਰ ਜਾਂਦਾ ਤਾਂ ਫਿਰ ਹੀ ਇਹ ਕਾਰਵਾਈ ਕਰਨਗੇ? ਫਿਰ ਇਹ ਤਾਂ ਇਹੀ ਵੇਖਣਗੇ ਨਾ ਵੀ ਇਹਨਾਂ ਨੂੰ ਕਰਨੀ ਚਾਹੀਦੀ ਆ, ਜਦੋਂ ਇਹ ਸ਼ਰਾਬ 'ਚ ਅੰਧੇ ਧੁੱਧ ਹੋਏ ਨੇ, ਅਤੇ ਪਰ ਇਹ ਕਾਰਵਾਈ ਕਰਨ ਨੂੰ ਤਿਆਰ ਹੀ ਨਹੀਂ। ਹੁਣ ਸਵੇਰੇ ਆਵਾਂਗੇ, ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਕਿ ਸਾਨੂੰ ਇਨਸਾਫ ਦਵਾਇਆ ਜਾਵੇ। ਸਾਡੀ ਅਸੀਂ ਦੋਵੇਂ ਪਤੀ ਪਤਨੀ ਰਹਿੰਦੇ ਹਾਂ, ਅਤੇ ਸਾਡੀ ਜਾਨ ਮਾਲ ਦੀ ਰਾਖੀ ਜਿਹੜੀ ਕੀਤੀ ਜਾਵੇ। ਤੁਸੀਂ ਦਰਖਾਸਤ ਦਿੱਤੀ ਹੈ, ਕੋਈ ਮੁਲਾਜ਼ਮ ਗਏ ਤੁਹਾਡੇ ਨਾਲ? ਹਾਂਜੀ ਗਏ ਸੀ। ਕੀ ਕਹਿੰਦੇ ਉਹ? ਉਹ ਉੱਥੇ ਗਏ ਆ, ਉਹਨਾਂ ਨੇ ਮਤਲਬ ਉਹਨਾਂ ਦੇ ਘਰ ਗਏ ਨੇ, ਅਤੇ ਉਹਨਾਂ ਨੇ ਉਹਨਾਂ ਨਾਲ ਪਤਾ ਨਹੀਂ ਕੀ ਕਿਹਾ ਕੀ ਨਹੀਂ ਕਿਹਾ, ਅਤੇ ਉਹ ਵਾਪਸ ਆ ਗਏ ਨੇ ਕਿ ਜੀ ਅਸੀਂ ਸਵੇਰੇ ਆਵਾਂਗੇ। ਉਹਨਾਂ ਨੇ ਕੋਈ ਗੱਲਬਾਤ ਕੀਤੀ, ਉਹਦਾ ਮੁਲਾਜ਼ਮ ਹੈਗਾ ਜੀ ਭੁਪਿੰਦਰ ਸਿੰਘ, ਅਤੇ ਉਹਦੀ ਘਰ ਦੀ ਵੀ ਮੁਲਾਜ਼ਮ ਹੈਗੀ ਪੁਲਿਸ ਦੇ ਵਿੱਚ, ਉਹ ਦਿਹਾਤੀ 'ਚ ਆ ਅਤੇ ਉਹ ਜਿਹੜਾ ਹੈਗਾ ਸ਼ਹਿਰੀ 'ਚ ਹੈਗਾ ਆ, ਅਤੇ ਦੋਵਾਂ ਨੇ ਗੱਲ ਕੀਤੀ ਆ, ਅਤੇ ਉਹ ਮਤਲਬ ਇਹਨਾਂ ਦੇ ਨਾਲ ਗੱਲਬਾਤ ਕਰਕੇ ਵਾਪਸ ਆ ਗਏ। ਅਵਾਜ਼ੀ ਕੌਮ TV ਲਈ ਅੰਮ੍ਰਿਤਸਰ ਤੋਂ ਪੱਤਰਕਾਰ ਸੁਨੀਲ ਕੁਮਾਰ ਦੀ ਰਿਪੋਰਟ।